ਮੇਰੇ तमाम ਦੋਸਤਾਂ ਨੂੰ ਭਰਾਵਾਂ ਨੂੰ 우ਸਤਾਦ ਆਸਬ ਲੋਰੀ ਦਾ ਅਸਲਾਮੁਅਲੈਕਮ ਮੇਰੇ ਦੋਸਤੋ ਤੁਸੀਂ ਮੇਰਾ ਚੈਨਲ ਦੇਖਦੇ ਹੋ ਪਏ 우ਸਤਾਦ ਆਸਬ ਲੋਰੀ ਪ੍ਰਾਈਸ ਪੌਂਡ YouTube ਤੇ ਮੇਰੇ ਚੈਨਲ ਦੇ ਵਿੱਚ 28 ਲਾਟਰੀ ਦਾ ਵੀ ਗੈਸ ਹੁੰਦਾ ਔਰ ਪਾਕਿਸਤਾਨ ਦਾ ਵੀ ਗੈਸ ਹੁੰਦਾ ਜਿਹਦੇ ਵਿੱਚ ਮੈਂ ਹਰ ਸੂਰਤ ਤੇ ਸਫਾ ਕਲੋ ਸੈਂਟਰ ਚੌਥਾ ਫਿਗਰ ਪੰਜਵਾਂ ਫਿਗਰ ਛੇਵਾਂ ਫਿਗਰ ਇਹਨਾਂ ਦੀਆਂ 루ਟੀਨਾ ਹਰ ਰਾਤ ਮੈਂ ਪੂਰੀਆਂ ਕਰਨੀਆਂ ਹੈ ਅਸਟਮ ਜਿਹੜਾ ਡਰਾ ਚੱਲਦਾ ਪਿਆ 28 ਲਾਟਰੀ ਦਾ। ਪੂਰੇ ਆਸਮਾਨ ਗੈਸ ਲੈ ਕੇ ਆਏ। ਮੇਰੇ ਦੋਸਤੋ ਮੇਰੇ ਚੈਨਲ ਨੂੰ ਸ਼ੇਅਰ ਕਰੋ, ਲਾਈਕ ਕਰੋ, ਬੈਲ ਵਾਲਾ ਬਟਨ ਦਬਾਓ ਔਰ ਸਬਸਕ੍ਰਾਈਬ ਕਰੋ ਤਾਂ ਕਿ ਮੇਰੀ ਆਨ ਵਾਲੀ ਵੀਡੀਓ ਤੁਹਾਨੂੰ ਕੋ ਜਲਦੀ ਤੋਂ ਜਲਦੀ ਮਿਲੇ। ਔਰ ਦੂਸਰੀ ਗੱਲ ਹੈ ਮੇਰੇ ਦੋਸਤੋ। ਮੀਰੀ ਰੁਟੀਨਾ ਫਸਟ ਔਰ ਸੈਕੰਡ ਵਿੱਚ ਹੁੰਦੀ ਹੈ। ਠੀਕ ਹੈ ਮੇਰੇ ਦੋਸਤੋ। ਤੇ ਦੂਸਰੀ ਗੱਲ ਹੈ ਵੀ ਮੇਰੇ ਦੋਸਤੋ ਰੁਟੀਨਾ ਨੂੰ ਮੁਕੰਮਲ ਕਰਨਾ ਵਾ। ਹਰ ਦੂਸਰੇ ਦਿਨ ਬਾਅਦ ਮੈਂ ਵੀਡੀਓ ਬਣਾ ਕੇ ਤੁਹਾਨੂੰ ਦਿਨਾ ਪਿਆ ਇਨਸ਼ਾ ਅੱਲਾਹ ਕੁਤਾਲਾ ਜਿਸ ਤਰ੍ਹਾਂ ਤੁਸੀਂ ਮੁਹੱਬਤ ਦੇ ਰਹੇ ਹੋ ਇਸੇ ਤਰ੍ਹਾਂ ਮੈਨੂੰ ਮੁਹੱਬਤ ਦਿੰਦੇ ਜਾਓ ਤਾਂ ਕਿ ਮੈਂ ਅੱਛੀਆਂ ਤੋਂ ਅੱਛੀਆਂ ਜਿਦਾਂ ਆਪਣੇ ਦੋਸਤਾਂ ਸੇ ਲਿਆਵਾਂ ਜਿਹੜੀ ਚੀਜ਼ ਦੀ ਨਹੀਂ ਸਮਝ ਲੱਗਦੀ ਜਿਹੜੀ ਰੁਟੀਨ ਦੀ ਤੁਹਾਨੂੰ ਨਹੀਂ ਸਮਝ ਲੱਗਦੀ ਮੇਰੇ ਦੋਸਤੋ ਤੁਸੀਂ ਵੌਇਸ ਕਰਕੇ ਪੁੱਛ ਸਕਦੇ ਹੋ ਮੇਰਾ ਫਰਜ਼ ਹੈ ਦੱਸਣਾ ਠੀਕ ਹੈ ਮੇਰੇ ਦੋਸਤੋ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਮੇਰੀ ਵੀਡੀਓ ਅੱਗੇ ਨਾ ਕਰਿਆ ਕਰੋ ਤਾਂ ਕਿ ਤੁਹਾਨੂੰ ਸਮਝ ਲੱਗੇ ਜੇ ਦੀ ਚੀਜ਼ ਦੇ ਨਾ ਸਮਝ ਲੱਗੇ ਤੁਸੀਂ ਵਾਇਸ ਕਰਕੇ ਪੁੱਛ ਸਕਦੇ ਹੋ ਠੀਕ ਹੈ ਅੱਜ ਦਾ ਰੂਟ ਬੜਾ ਸ਼ਾਨਦਾਰ ਹੈ ਜਿਹਦਾ ਮੈਂ ਲੈ ਕੇ ਆਇਆ 28 ਲਾਟਰੀ ਦਾ ਬੜਾ ਸ਼ਾਨਦਾਰ ਚੱਲਦਾ ਪਏ ਜਰਾ ਘੋੜ ਨਾ ਦੇਖਣਾ ਸਭ ਤੋਂ ਪਹਿਲੇ ਤਾਂ ਸਵਾਲ ਆਵੇ ਮੇਰੇ ਦੋਸਤੋ 837893 ਲੱਗੀ ਸੀ 28 ਲੱਖ ਲਾਟਰੀ ਦਾ ਪਹਿਲੇ ਮਹੀਨੇ ਦੇ ਵਿੱਚ ਇਹ ਲਾਟਰਾ ਠੀਕ ਹੈ ਮੇਰੇ ਦੋਸਤੋ 2000 ਗਾਲੇ ਬਨ 22 ਦਾ ਟਰਾਸੀ ਆਖਰੀ ਠੀਕ ਹੈ ਮੇਰੇ ਦੋਸਤੋ ਅੱਜ ਚਵੀ ਹੈ 2022 ਐ 23 ਨਹੀਂ 2021 ਦਾ ਆਖਰੀ ਟਰਾਸੀ 2021 ਦਾ ਪਹਿਲੇ ਮਹੀਨੇ ਦਾ 22 ਲਾਟਰੀ ਦਾ ਯਕਮ ਦਾ ਟਰਾਸੀ ਪਹਿਲਾ ਇਹਨੇ ਗਾਲ ਬਨ ਤੀਸਰੇ ਮਹੀਨੇ ਨੂੰ ਤੱਲਕ ਦੇ ਕੇ ਜਾਣਾ ਹੈ ਯਕਮ ਨੂੰ 9 ਦਾ ਹਿਸਾਬ ਬਾਦ ਲਿਓ 901 ਓਪਨ ਜਾਂ ਕਲੋਜ਼ ਦਾ ਹਿਸਾਬ ਲੱਗਣਾ ਸੀ ਉਨੇ 5 ਮਿੰਟ ਰਾ ਦੇ 3 ਤੀਸਰੇ ਮਹੀਨੇ ਦੇ ਡਰਾ ਤੇ ਜਾ ਕੇ 10 ਲਈ 1 ਤੇ 0 ਓਪਨ ਲਾਤਾ ਫਿਰ 80 36 28 ਲੱਗੇ ਪੰਜਵਾਂ ਫਿਗਰ 2 ਸੇ 2 3 4 ਦਾ ਹਿੰਸਾ ਸੇ 3 ਨੰਬਰ ਕਲੋਜ਼ ਲਾਤਾ 83 ਲਾਤੀ 47 22 70 7 8 9 ਦਾ ਹਿੰਸਾ ਸੇ ਉਹਨੇ 9 ਨੰਬਰ ਕਲੋਜ਼ ਲਾਤਾ 71 35 17 ਸੇ 1 ਨੰਬਰ ਪੰਜਵਾਂ ਫਿਗਰ ਸੇ ਬਾਹਰ ਕਰ ਦੋ 1 2 3 ਪਹਿਲੇ ਮਹੀਨੇ ਨੇ ਤੀਸਰੇ ਯਕਮ ਨੂੰ ਡਰਾ ਦੇਣਾ ਮੈਂ ਪਹਿਲਾ ਡਰਾ ਜੱਕਮ ਨੂੰ 1 2 3 ਦਾ ਹਿੰਸਾ ਸੀ 11 ਲਾ ਦਿੱ। ਉਹ ਓਪਨ ক্লোਜ਼ ਲਾ ਦਿੱਤਾ। 57 81 71 7 8 9 ਦਾ ਹਿੰਸਾ ਸੀ 2022 ਦਾ ਆਖਰੀ ਡਰਾ 1907 ਲਾ ਦਿੱ। 2023 ਦਾ ਪਹਿਲਾ ਡਰਾ ਲੱਗਾ 81 90 68 6 ਨੂੰ ਬਾਹਰ ਘਟੋ 6 7 8 ਦਾ ਲਫਜ਼ ਸੀ। ਉਹਨੇ 06 ਲਾ ਦਿੱ। チェ नंबर क्लोज आ गया फिर लगा 9706 18 1 2 3 ਦਾ 31 ਲਾਤੀ ਦੋਵੇਂ ਹਿੱਸੇ ਆ ਗਏ 98 14 17 1 2 3 ਦਾ ਹਿੱਸਾ ਸੀ ਉਹਨੇ ਆ ਕੇ 92 ਲਾਤੀ ਦੋ ਦਾ ক্লোਜ਼ ਲਾਤਾ ਫਿਰ ਡਰਾ ਲੱਗਾ 2022 ਦਾ ਆਖਰੀ ਡਰਾ ਇਹ 21 ਇਹ 20 ਇਹ 21 ਇਹ 22 ਦਾ ਆਖਰੀ ਡਰਾ ਲੱਗਾ ਸੀ 484669 678 ਦਾ ਫਿਗਰ ਸੀ ਉਹਨੇ 37 ਚ ਲਾਤਾ ਆ 2023 ਦਾ ਡਰਾ ਸ਼ੁਰੂ ਹੋ ਗਿਆ 157196 901 ਦਾ ਹਿੰਸਾ ਸੀ ਉਹਨੇ 14 ਲਾਤੀ 1 ਕਾ ক্লোਜ਼ ਲਾਤਾ 08 7907 012 ਦਾ ਫਿਗਰ ਸੀ ਉਹਨੇ 12 ਲਾਤੀ 922605 012 ਦਾ ਹਿੰਸਾ ਸੀ ਉਹਨੇ 91 ਇੱਕਾ ক্লোਜ਼ ਲਾਤਾ 727202 012 ਦਾ ਹਿੰਸਾ ਸੀ ਉਹਨੇ 25 ਲਾਤੀ 2 ਦਾ ਸਫਾ ਲਾਤਾ ਡਰਾ ਮੁੱਕ ਗਿਆ 2024 ਦਾ ਟਰਾਲ ਲੱਗਾ ਯਕਮ ਦਾ ਪਹਿਲਾ ਪਹਿਲੇ ਮਹੀਨੇ ਦਾ ਇਹਨੇ ਤੀਸਰੇ ਮਹੀਨੇ ਨੂੰ ਯਕਮ ਨੂੰ ਟਰਾਲ ਲਫਜ਼ ਦੇਣਾ ਸੀ 685544 4 ਦਾ ਹਿੰਸਾ 456 ਦਾ ਹਿੰਸਾ ਚਾਹੀਦਾ ਉਹਨੇ 5 ਨੰਬਰ ক্লোਜ਼ ਲਾਤਾ ਅੱਜ ਮੇਰੇ ਦੋਸਤੋ ਯਕਮ ਦਾ ਟਰਾਲ ਲੱਗਾ ਜੀ ਠੀਕ ਹੈ ਤੀਸਰੇ ਮਹੀਨੇ ਦਾ ਟਰਾ ਲੱਗਾ ਜੇ ਅੱਲਾ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਚੌਥੇ ਮਹੀਨੇ ਦਾ ਟਰਾਜ ਹੈ ਚੌਥੇ ਮਹੀਨੇ ਦਾ ਯਕਮ ਦਾ ਪਹਿਲਾ ਇਹਨੇ 6ਵੇਂ ਮਹੀਨੇ ਨੂੰ ਤਲਕ ਦੇਣਾ ਹੈ ਯਕਮ ਦੇ ਟਰਾ ਨੂੰ 80 34 81 89 0 ਦਾ ਹਿੰਸਾ ਤਲਕ ਮੰਗਦਾ ਪਿਆ ਹੈ ਓਪਨ ਜਾਂ ਕਲੋਸ ਅੱਲਾ ਭਾਗ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਦੂਸਰੀ ਚੀਜ਼ ਚੱਲਦੀ ਪਈ ਜੇ ਮੇਰੇ ਦੋਸਤੋ ਕਰੰਟ 60 ਤੋਂ 60 ਦਾ ক্লোজ 0 ਇਸ 0 ਚ ਇੱਕ ਨਫੀ ਕਰਾਂ ਤੇ 9 ਦਾ ਘਰ 4 94 ਦੀ ਜਮਾ ਦੇ ਵਿੱਚ ਤੁਸੀਂ ਕੋਈ ਵੀ ਚੋਰਾ ਬਣਾ ਕੇ ਲਾ ਲੋ ਜਾਂ ਤੇ ਫਸਟ ਲਾ ਲੋ 94 ਦੀ ਜਮਾ ਦਾ ਨਹੀਂ ਤੇ ক্লোজ ਸੈਂਟਰ 49 ਦੀ ਜਮਾ ਜ ਇਹਦੇ ਅੱਗੇ ਸਫਾ ਲਾ ਲੋ ਡਰਾ ਲੱਗਾ ਮੇਰੇ ਦੋਸਤ 94 ਫਸਟ ਆਗੇ 4 ਜਮਾ ਦਾ ਜੋੜਾ ਲੱਗ ਗਿਆ ਤੂੰ 49 ਲੱਗ ਗਈ 4 ਜਮਾ ਬਾਅਦ ਲੱਗੀ ਚੁਰਾਣੇ ਵਾਲੇ ਕੀ ਕੋਚ ਇੱਕ ਨਫੀ ਕਰਾ ਤਿੰਨ ਅੱਠ ਦੀ ਜਮਾ ਦੇ ਵਿੱਚ ਜੋੜੇ ਬਣਾ ਲਓ ਸਾਰੇ ਜਿਹੜੇ ਬਾਂਦੇ ਪਏ ਤਿੰਨ ਅੱਠ ਦੀ ਜਮਾ ਅੰਦਰ ਲਾ ਲਓ ਜਾਂ ਬਾਹਰ ਲਾ ਲਓ ਡਰਾ ਲੱਗਾ ਮੇਰੇ ਦੋਸਤੋ ਉਹਨੇ 5 3 ਲਈ ਅੰਦਰ 8 ਜਮਾ ਲਈ ਤੇ 68 ਲੱਗੀ ਨੌਨਾ ਸੈਕਿੰਡ ਅੱਠ ਜਮਾ ਬਾਹਰ ਲੱਗੀ ਆ 5 3 ਇੱਕ ਲੋਚ ਇੱਕ ਨਫੀ ਕਰਾ ਤੇ 4 ਦਾ ਘਰ 9 4 9 ਦੀ ਜਮਾ ਜਮਾ ਸਾਰੇ ਜੋੜੇ ਬਣਾ ਲਤੇ ਜਦੋਂ 4 9 ਦੀ ਜਮਾ ਇਹ ਤਾਂ 9 ਜਮਾ ਦੇ ਵਿੱਚ ਬਾਹਰ ਜੋੜਾ ਲੱਗਾ 99 ਫਸਟ ਆਈ 63 ਸੈਕਿੰਡ ਆਈ ਚਾਰ ਜਮਾਂਦਰ ਲੱਗੀ ਐ 48 5 ਆਈ ਫਿਰ 48 5 ਸੈਕਿੰਡ ਆਈ ਫਿਰ 15 8 ਆਈ ਅੰਦਰ ਚਾਰ ਜਮਾਂ ਚਾਰ ਜਮਾਂ ਚਾਰ ਜਮਾਂ ਅੰਦਰ ਲੱਗ ਗਏ ਬਾ ਨੋ ਲੱਗੀ ਨੋ ਲੱਗੀ ਫਸਟ ਸੈਕਿੰਡ ਚ ਮੇਰੀ ਨਵੇਂ ਲੱਗੀ ਨੋ ਦੇ ਕੋਲ ਚ ਇੱਕ ਨਫੀ ਕਰੋ 8 ਤੱਕ ਘੜ ਤਿੰਨ ਤਿੰਨ ਅੱਠ ਦੀ ਜਮਾਂ ਦੇ ਜੋੜੇ ਅਸੀਂ ਬਣਾਣੇ ਸੀ ਜਦੋਂ ਤਿੰਨ ਅੱਠ ਦੀ ਜਮਾਂ ਦੇ ਜੋੜੇ ਬਣਾਏ ਤਾਂ ਫਸਟ ਆ ਗਿਆ 80 ਅੱਠ ਜਮਾਂ ਲੱਗੇ ਅੰਦਰ ਤਿੰਨ ਜਮਾਂ ਵੀ ਲੱਗ ਗਏ ਫਿਰ ਲੱਗ ਗਈ 835 ਅੰਦਰ 8 ਜਮਾ ਲੱਗ ਗਈ ਦੋ ਜੋੜੇ ਲੱਗੇਗੇ ਤਿੰਨ ਜੋੜੇ 80 ਦਾ ਕਲੋਜ਼ 0 ਜੀ ਕਿ ਨਫੀ ਕਰਾਂ ਤੇ 9 4 ਦੀ ਜਮਾ ਜਮਾ ਜੋੜਾ ਬਣਾਣਾ 9 4 ਦੀ ਜਮਾ ਜੋੜਾ ਬਣਾਇਆ ਤੇ 4 ਜਮਾ ਦਾ ਜੋੜਾ ਬਾਹਰ ਲੱਗਾ ਫਸਟ 94 3 ਲੱਗ ਗਈ 4 ਜੀ ਕਿ ਨਫੀ ਕਰਾ 3 ਅੱਠ ਦੀ ਜਮਾ ਦੇ ਮੈਂ ਜੋੜੇ ਸਾਰੇ ਬਣਾਨੇ ਜੀ ਸਾਰੇ ਜੋੜੇ ਬਣਾਏ 3 ਅੱਠ ਦੀ ਜਮਾ 8 ਦੀ ਜਮਾ ਦਾ ਆਕਰ ਜੋੜਾ ਫਸਟ ਲੱਗਾ 98 8 ਦੀ ਜਮਾ ਅੰਦਰ ਲੱਗੀ ਹੈ 062 8 ਦੀ ਜਮਾ ਅੰਦਰ ਲੱਗੀ 64 8 ਦੀ ਜਮਾ ਬਾਹਰ ਆਈ 26 ਦੋ ਜੋੜੇ ਬਾਹਰ ਲੱਗੇ ਆ 98 ਦਾ ਤੇ 26 ਦਾ ਅੱਠ ਜਮਾ ਦਾ ਅੱਠ ਜਮਾ ਅੰਦਰ ਲੱਗੇ ਗਈ ਅੱਠ ਜਮਾ ਅੰਦਰ ਲੱਗੇ ਦੋ ਜੋੜੇ ਅੰਦਰ ਲੱਗੇ ਗਏ ਇੱਥੇ ਹੀ ਲੱਗੇ 98 ਲੱਗੇ ਕਲੋਦ ਲਗਾ ਅੱਠ ਦਾ ਇੱਕ ਨਫੀ ਕਰਨਾ 7 2 ਦੇ ਜਮਾ ਦੇ ਵਿੱਚ ਜੋੜਾ ਬਣਾ ਲਓ ਸਾਰੇ ਬਣਾ ਲਓ 2 7 ਦੀ ਜਮਾ ਦਾ ਜੋੜਾ ਬਾਹਰ ਲੱਗ ਕੇ ਗਿਆ ਜੇ ਮੇਰੇ 225 ਠੀਕ ਹੈ ਮੇਰੇ ਦੋਸਤੋ ਅੱਜ 20 ਤੇ ਖਲੋਤੇ ਹੋ ਕੋਲੋ ਚ ਇੱਕ ਨਾ ਫਿਕਰ ਨੋ 4 ਦੇ ਜਮਾ ਦੇ ਜੋੜੇ ਬਣਾ ਲਓ ਸਾਰੇ ਨੋ 4 ਦੇ ਜਮਾ ਦਾ ਜੋੜਾ ਫਸਟ ਲਾ ਲਓ ਜਾਂ ਸੈਕੰਡ ਲਾ ਲਓ ਨਹੀਂ ਤੇ 4 9 ਦੀ ਜਮਾ ਦੇ ਨਾਲ ਬਾਹਰ ਸਫਾ ਤੁਸੀਂ ਆਪਣੀ ਮਰਜ਼ੀ ਦਾ ਲਾ ਲਓ ਇੱਥੇ ਜੋੜਾ ਲਾਣਾ ਜੇ 4 9 ਦੀ ਜਮਾ ਦਾ ਕੁਚੁੱਕੇ ਲੈ ਆਓ ਉਹਨਾਂ ਸੈਂਟਰ ਆਪਣੀ ਮਰਜ਼ੀ ਦਾ ਲਾ ਲਓ ਇੱਥੇ 4 9 ਦੇ ਜਮਾ ਆਵੇ ਕੋਲੋ ਸੈਂਟਰ ਚ ਇੱਥੇ 4 9 ਦੇ ਜਮਾ ਚੁੱਕ ਕੇ ਇਹਦੇ ਅੱਗੇ ਆਪਣੀ ਮਰਜ਼ੀ ਦਾ ਸਫਾ ਲਾ ਲਓ ਅੱਲਾ ਸਭ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ ਮੇਰੇ ਦੋਸਤੋ ਫਿਰ ਆਏ ਜੇ 94 ਤੋਂ ਚਲੀ 94 13 95 ਤੋਂ 95 ਦਾ ਫਰਕ 4 ਜੇ 4 ਦਾ ਘਰ 9 ਨੰਬਰ ਸਫਾ ਜੇ 9 ਨੰਬਰ ਸਫਾ ਕਰ ਲ ਨੋ ਦੀ ਬਕਾਇਆ 1 ਘਰ 6 ਤੇ ਨੋ ਨੂੰ ਇੱਥੇ ਲਾਓ 9 4 1 6 4 9 ਦੇ ਜਮਾ ਚ ਤੁਸੀਂ ਜੋੜੇ ਬਣਾ ਲਓ 9 ਦਾ ਸਫਾ ਲੈ ਕੇ ਪੰਜ ਜੋੜੇ ਬੰਦੇ ਜ ਉਹਨੇ 91 ਸੈਕਿੰਡ ਲਾਤੀ ਫਸਟ ਆ ਗਈ ਪੰਜੀ 523603 03 ਦਾ ਫਰਕ 3 ਦਾ ਘਰ 8 ਨੰਬਰ ਕੱਲਾ ਸਫਾ ਹਨ ਠੀਕ ਮੇਰੇ 8 ਦੀ ਬਕਾਇਆ ਦੋ ਜੇ 2738 ਦੀ ਜਮ੍ਹਾਂ ਦੇ ਵਿੱਚੋਂ ਜੋੜੇ ਬਣਾ ਲਓ ਸਾਰੇ ਉਹਨੇ ਆ ਕੇ 99 ਸੈਕਿੰਡ ਲਾਤੀ 8 ਜਮ੍ਹਾਂ ਦਾ ਇੱਥੋਂ ਜੋੜਾ ਲਾਤਾ 99 7 ਨਾਲ ਫਸਟ ਅਗਿੰਦੇ ਨੇ 9762 26 26 ਦਾ ਫਰਕ 4 ਦਾ ਘਰ 9 ਨੰਬਰ ਕੱਲਾ ਸਫਾ ਹਨ ਤੇ 9 ਦੀ ਫੈਮਿਲੀ 1649 ਦੇ ਜਮਾਤ ਦੇ ਵਿੱਚ ਜੋੜੇ ਬਣਾ ਲਓ ਪੰਜ ਜੋੜੇ ਸੀ ਉਹਨੇ ਆ ਕੇ 90 ਸੈਕਿੰਡ ਲਾ ਦਿੱਤੇ ਠੀਕ ਹੈ ਮੇਰੇ ਦੋਸਤੋ ਫਿਰ ਉਸ ਤੋਂ ਬਾਅਦ ਲੱਗਾ 80 43 81 81 ਦਾ ਫਰਕ ਹੈ 7 7 ਦਾ ਘਰ 7 ਦਾ ਘਰ 2 ਨੰਬਰ ਸਫਾ ਫਰਕ ਆਇਆ 7 7 ਦਾ ਘਰ 2 ਨੰਬਰ ਸਫਾ ਆਣਾ ਸੀ ਨਹੀਂ ਫਰਕ ਆਇਆ ਇਹ 7 ਦਾ ਅੱਲਾਹ ਤੁਹਾਡਾ ਫਰਕ ਕਰੇ 7 ਦਾ ਘਰ ਆ ਦੋ ਨੰਬਰ ਸਫਾ ਆਣਾ ਸੀ ਠੀਕ ਹੈ ਮੇਰੇ ਫਰਕ ਫਰਕ ਹੈ 7 ਦਾ 7 ਦਾ ਘਰ ਦੋ ਨੰਬਰ ਸਫਾ ਨਾਲ ਦੋ ਨੰਬਰ ਸਫੇ ਦੇ ਨਾਲ ਤੇ ਦੋ ਦੀ ਫੈਮਿਲੀ 2 7 3 8 ਦੀ ਜਮਜ ਜੋੜੇ ਬਣਾ ਲਓ 21 26 25 20 ਤੇ 29 29 ਸੈਕਿੰਡ ਆ ਗਈ ਫਸਟ ਆ ਗਿਆ 94 35 98 ਦਾ ਫਰਕ 1 ਆਇਆ 1 ਦਾ ਘਰ ਕੱਲਾ 6 ਸਫਾ ਜੇ ਤੇ 6 ਦੀ ਫੈਮਿਲੀ 6 4 9 ਦੀ ਜਮਜ ਜੋੜੇ ਬਣਾ ਲਓ ਠੀਕ ਹੈ ਜਨਾਬ ਇਹ ਪੰਜ ਜੋੜੇ ਬਣੇ ਸੀ ਜਿਹਦੇ ਚ 64 ਡਬਲ ਸੈਕਿੰਡ ਲੱਗ ਕੇ ਗਈ 64 7 ਨਾਲ ਤੇ 64 4 ਨਾਲ ਲਾਈ ਉਹ ਲੱਗੇ 99 80 16 16 ਦਾ ਫਰਕ 5 ਜੇ 5 ਦਾ ਘਰ 0 ਦਾ ਸਫਾ ਬਣਾ ਲਓ ਤੇ 0 ਦੀ ਫੈਮਿਲੀ ਕੀ ਹੁੰਦੀ ਹੈ 0 5 0 ਦੀ ਜਮਾ ਜੇ ਜੋੜੇ ਬਣਾ ਲਓ 00 ਜਾਂ 0 5 ਉਹਨੇ 0 5 ਸੈਕਿੰਡ ਲਾ ਦਿੱਤੀ 0 51 ਅੱਜ 26 51 90 ਜੇ 90 ਦਾ ਫਰਕ 9 ਜੇ 9 ਦਾ ਘਰ 4 ਨੰਬਰ ਕੱਲਾ ਸਫਾ ਨਾ ਜੀ ਸੋਰੀ ਫਰਕ ਆਇਆ ਇਹ 9 ਦਾ ਫਰਕ 9 ਦਾ ਇਹ 9 ਦਾ ਘਰ ਕੱਲਾ 4 ਨੰਬਰ ਸਫਾ ਨਾ ਜੀ ਮੇਰੇ ਭਰਾਓ ਠੀਕ ਹੈ 4 ਦਾ ਸਫਾ ਲੈ ਕੇ ਤੇ 1 6 4 9 ਦੇ ਜਮਾ ਬਣਾ ਲਓ 46 ਠੀਕ ਹੈ ਮੇਰੇ 1 ਦੀ ਜਮਾ ਜਿ ਬਣਾਵਾ ਤਾਂ 46 ਤੇ 6 ਦੀ ਜਮਾ ਬਣਾਵਾ ਦਾ 42 ਠੀਕ ਹੈ ਮੇਰੇ ਦੋਸਤੋ 1 6 ਦੇ ਜਮਾ ਹੋ ਗਏ ਤਾਂ 4 ਦੇ ਜਮਾ ਬਣਾਵਾਂ ਤੇ ਬਨੇ ਦਾ 40 ਬਨੇ ਦਾ 49 ਤੇ ਬਨੇ ਦਾ 45 ਠੀਕ ਹੈ ਮੇਰੇ ਦੋਸਤੋ ਇਹ ਪੰਜ ਜੋਰੇ ਜੇ ਇਹਨਾਂ ਪੰਜ ਜੋਰੀਆਂ ਤੇ ਗੌਰ ਕਰ ਲਓ ਮੇਰੇ ਦੋਸਤੋ 46 ਦਾ 40 ਦਾ 45 ਦਾ 49 ਦਾ ਤੇ 42 ਦਾ ਇਹ ਪੰਜ ਜੋਰੇ ਜੇ ਮੇਰੇ ਦੋਸਤੋ ਇਹਦੇ ਤੇ ਗੌਰ ਕਰ ਲਓ ਇਹ ਮੇਰੇ ਦੋਸਤੋ 40 ਜੱਕਮ ਦਾ 3 ਤੀਸਰੇ ਮਹੀਨੇ ਦਾ ਫੇ 6ਵੇਂ ਮਹੀਨੇ ਦਾ ਫੇ 9ਵੇਂ ਮਹੀਨੇ ਦਾ ਫੇ 12ਵੇਂ ਮਹੀਨੇ ਦਾ ਜਿਹੜਾ ਯਕਮ ਦਾ ਡਰਾ ਹੁੰਦਾ ਜੇ ਠੀਕ ਹੈ ਮੇਰੇ ਤੋਂ ਦੋਸਤੋ ਪਹਿਲੀ ਪੱਟੀ ਦੇ ਵਿੱਚ ਸਭ ਤੋਂ ਪਹਿਲੇ ਤਾਂ ਫਰਕ 1 ਦਾ ਜਾਂ 3 ਦਾ ਤੁਸੀਂ ਬਣਾ ਲਓ ਕਲੀ ਦਾ ਲਫ਼ਜ਼ ਲੈ ਲਓ 1 ਦਾ 3 ਦਾ 5 ਦਾ 7 ਦਾ ਤੇ 9 ਦਾ 1 ਤੇ ਹਿੱਸੇ ਦੇ ਨਾਲ ਇੱਕ ਫਰਕ ਬਣਾ ਲਓ 12 ਜਾਂ 10 ਇਹ ਤਿੰਨ ਫਰਕ 14 ਤਿੰਨ ਦੇ ਹਿੱਸੇ ਦੇ ਨਾਲ 32 34 ਤਿੰਨ ਫਰਕ ਤਿੰਨ ਫਰਕ 30 ਤੇ 36 ਇੱਕ ਫਰਕ 54 ਤੇ 56 ਤਿੰਨ ਫਰਕ 58 ਤੇ 52 ਇੱਕ ਫਰਕ 78 ਤੇ 76 ਤਿੰਨ ਫਰਕ 74 ਇੱਕ ਫਰਕ ਦੇ ਵਿੱਚ 98 ਤੇ 90 ਇਹ ਵੀ ਇੱਕ ਫਰਕ ਹੈ ਤੇ ਇਹ ਤਿੰਨ ਫਰਕ ਇਹ ਜੋੜੇ ਬਣਾਤੇ ਜੀ ਠੀਕ ਹੈ ਮੇਰੇ ਦੋਸਤੋ ਇਹ ਸੈਂਟਰ ਜੇ ਕੱਲੀ ਦਾ ਤੇ ਚੌਥਾ ਫਿਗਰ ਜੁਟਦਾ ਜੀ ਇੱਕ ਤਿੰਨ ਦਾ ਫਰਕ ਡਰਾ ਲੱਗਾ 37 58 ਠੀਕ ਹੈ ਮੇਰੇ ਦੋਸਤੋ ڈرا لگا سال دا آخری ڈرا دو ہزار بائی دا آخری ڈرا لگا ٹھیک ہے یکم دا تیسرے مہینے دا یعنی کہ میں مہینے کا یکم دا ڈرا آخری ڈرا پھر اگلے سال تیسرے مہینے دا ڈرا لگنا دو ہزار تیئی دا پہلا تیسرا ٹرا یکم دا اکتالی چھتر دیکھو ہے لگ گئی دیکھو ات چر آئی ਲੱਗੀ 1252 ਲੱਗੀ ਕਿਹਾ ਇੱਥੋਂ 59 ਦੀ ਬੈਗ ਲੱਗੀ ਹੈ ਲੱਗੀ ਫਿਰ 9154 ਦੇਖੋ ਇਹ 54 ਦੀ ਬੈਗ ਪਈ ਹੈ ਲੱਗੀ ਹੈ ਫਿਰ 510 ਆਈ ਹੈ ਕਿਹਾ 10 ਇੱਥੇ ਪਈ ਸੀ ਆਈ 2023 ਮੁਕਿਆ ਫਿਰ 2024 ਦਾ ਟਰਾ ਹੈ 536 ਦੇਖੋ ਇੱਥੇ 36 ਪਈ ਹੈ ਪਈ ਕੱਲੀ ਦਾ ਸੈਂਟਰ ਲੱਗਦਾ ਪਈ ਜੇ ਚੌਥਾ ਫਿਗਰ ਜੁੜਦਾ ਲੱਗਦਾ ਪਈ ਜੇ ਫਰਕ 13 ਦਾ ਆ ਰਿਹਾ ਜੇ 313 1 1 3 1 3 1 3 ਦਾ ਫਰਕ तिसले ਔਰ ਚੌਥੇ ਦਾ ਲੱਗਦਾ ਭਾਈਏ ਮੇਰੇ ਦੋਸਤੋ ਆਪਣੀਆਂ ਦੁਆਵਾਂ ਜੇ ਹਮੇਸ਼ਾ ਯਾਦ ਰੱਖਣਾ ਸਭੀ ਦੋਸਤਾਂ ਭਰਾਵਾਂ ਨੂੰ ਉਸਤਾਦ ਆਸਬ ਲੋਰੀ ਦਾ ਅਸਲਾਮੁਅਲੈਕਮ